ਇਧਰ ਇਸ਼ਕ ਤੰਗ ਪਿਆ ਕਰਦਾ ਹੈ। ਬੱਚਾ ਚਾਚੇ ਦੇ ਸਾਹਮਣੇ ਆ ਕੇ ਕਹਿਣ ਲੱਗਾ, ਚਾਚਾ ਮੈਂ ਮਦੀਨੇ ਜਾਣਾ। ਜਦੋਂ ਮਦੀਨੇ ਦਾ ਨਾਂ ਸੁਣਿਆ, ਚਾਚੇ ਨੇ ਬੱਚੇ ਨੂੰ ਥੱਪੜ ਮਾਰਿਆ ਤੇ ਥੱਪੜ ਮਾਰ ਕੇ ਕਹਿਣ ਲੱਗਾ, ਖਾਵੇ ਮੇਰਾ ਪਾਵੇ ਮੇਰਾ, ਕਾਰੋਬਾਰ ਵੀ ਮੈਂ ਦਿੱਤਾ, ਬੱਕਰੀਆਂ ਵੀ ਮੈਂ ਦਿੱਤੀਆਂ ਨੇ, ਤੇ ਗੱਲਾਂ ਮੇਰੇ ਦੁਸ਼ਮਣ ਕੋਲ ਜਾਣ ਦੀਆਂ ਪਿਆ ਕਰਨਾ ਏ। ਬੱਚਾ ਕਹਿੰਦਾ, ਚਾਚਾ ਮੈਂ ਮਦੀਨੇ ਜਾਣਾ ਏ। ਚਾਚਾ ਕਹਿਣ ਲੱਗਾ, ਤੈਨੂੰ ਯਾਦ ਆਉਣਾ ਚਾਹੀਦਾ, ਕਾਰੋਬਾਰ ਵੀ ਮੇਰਾ ਏ, ਜਿਹੜੇ ਘਰ ਦੇ ਅੰਦਰ ਰਹਿੰਦੇ ਮਕਾਨ ਵੀ ਮੇਰਾ ਏ, ਜਿਹੜੀਆਂ ਬੱਕਰੀਆਂ ਤੇ ਗਾਵਾਂ ਚਾਰਨੇ ਬੱਕਰੀਆਂ ਗਾਵਾਂ ਵੀ ਮੇਰੀਆਂ ਨੇ, ਜਿਹੜੇ ਜਿਸਮ ਦੇ ਕੱਪੜੇ ਪਾ ਕੇ ਫਿਰਨੇ ਕੱਪੜੇ ਵੀ ਮੇਰੇ ਨੇ। ਇੱਧਰ ਇਸ਼ਕ ਏਡਾ ਖਾਲੀ ਪਾ ਗਿਆ, ਜਵਾਨ ਚਾਚੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿਣ ਲੱਗਾ, ਚਾਚਾ ਕੱਲ੍ਹ ਤੋਂ ਆਪਣਾ ਕੰਮ ਤੂੰ ਆਪ ਸੰਭਾਲ ਲੈ, ਮੈਂ ਮਦੀਨੇ ਜਾਣਾ। ਚਾਚਾ ਆਪਣੀਆਂ ਬੱਕਰੀਆਂ ਵੀ ਆਪ ਸੰਭਾਲ, ਮੈਂ ਮਦੀਨੇ ਜਾ ਰਿਹਾ, ਆਪਣੀਆਂ ਗਾਵਾਂ ਵੀ ਆਪ ਸੰਭਾਲ, ਮੈਂ ਮਦੀਨੇ ਜਾ ਰਿਹਾ। ਜਦੋਂ ਚਾਚੇ ਵੇਖਿਆ ਕਿਸੇ ਪਾਸੇ ਵੀ ਗੱਲ ਨਹੀਂ ਲੱਗਦੀ, ਚਾਚਾ ਕਹਿਣ ਲੱਗਾ, ਜਿਹੜੇ ਜਿਸਮ ਤੇ ਕੱਪੜੇ ਪਾਏ ਨੀ ਕੱਪੜੇ ਵੀ ਮੇਰੇ ਨੇ। ਬੱਚਾ ਕਮਰੇ ਦੇ ਅੰਦਰ ਆਇਆ, ਮਾਂ ਨੂੰ ਕਹਿਣ ਲੱਗਾ, ਅੰਮਾ ਨਿੱਕੀਆਂ ਆਉਂਦਿਆਂ ਮੇਰਾ ਬਾਪ ਛਲਾਂ ਗਿਆ। ਅੰਮਾ ਨਿੱਕੀ ਉਮਰੇ ਮੇਰੇ ਸਿਰ ਤੋਂ ਮੇਰੇ ਅੱਬੂ ਦਾ ਸਾਇਆ ਉੱਠ ਗਿਆ। ਅੰਮਾ ਜਦੋਂ ਬਾਪ ਮਰ ਗਿਆ, ਜ਼ਿਆਦਾ ਤੂੰ ਲੋਰੀਆਂ ਨਹੀਂ ਦਿੱਤੀਆਂ। ਅੰਮਾ ਮੈਂ ਤੇਰੇ ਤੇ ਗਿਲਾ ਨਹੀਂ ਕਰਦਾ, ਮੈਨੂੰ ਚਾਚੇ ਦੇ ਬੂਵੇ ਛੱਡ ਕੇ ਆਈ, ਮੈਂ ਤੇਰੇ ਤੇ ਗਿਲਾ ਨਹੀਂ ਕਰਦਾ। ਅੰਮਾ ਤੂੰ ਮਿਲਣ ਵੀ ਨਹੀਂ ਆਈ, ਮੈਂ ਤੇਰੇ ਤੇ ਗਿਲਾ ਨਹੀਂ ਕਰਦਾ। ਪਰ ਅੰਮਾ ਹੁਣ ਮੈਂ ਮਦੀਨੇ ਜਾ ਰਿਹਾ, ਮੈਨੂੰ ਕੋ ਕੱਪੜਾ ਦੇ ਦੇ ਜਿਹਦੇ ਨਾਲ ਮੈਂ ਜਿਸਮ ਕੱਜ ਕੇ ਯਾਰ ਦੇ ਸ਼ਹਿਰ ਚਲਿਆ ਜਾਵਾਂ। ਚਾਚੇ ਦੇ ਕੱਪੜੇ ਲਾ ਕੇ ਚਾਚੇ ਨੂੰ ਦੇ ਦਿੱਤੇ। ਇਸ ਜਵਾਨ ਦੀ ਮਾਂ ਨੇ ਇੱਕ ਚਾਦਰ ਆਪਣੇ ਪੁੱਤਰ ਨੂੰ ਦੇ ਦਿੱਤੀ, ਇਹਨੇ ਚਾਦਰ ਦੇ ਦੋ ਟੋਟੇ ਕੀਤੇ, ਅੱਧੇ ਦੇ ਨਾਲ ਆਪਣਾ ਸਤਰ ਕਜਿਆ ਅੱਧੀ ਕੰਡ ਤੇ ਲੈ ਲਈ। ਕਹਿੰਦਾ, ਅੰਮਾ ਲੈ ਫਿਰ ਮੈਂ ਮਦੀਨੇ ਜਾ ਰਿਹਾ। ਤੇ ਮਾਂ ਕਹਿਣ ਲੱਗੀ, ਪੁੱਤਰਾ ਕਾਰੋਬਾਰ ਛੱਡ ਕੇ ਚੱਲਿਆ, ਬੱਕਰੀਆਂ ਭੇਡਾਂ ਤੇ ਗਾਵਾਂ ਛੱਡ ਕੇ ਚੱਲਿਆ ਏ, ਪੁੱਤਰਾ ਵਡੇਰੀ ਮਾਂ ਨੂੰ ਛੱਡ ਕੇ ਚੱਲਿਆ, ਦੱਸ ਮਦੀਨੇ ਕੌਣ ਏ। ਤੇ ਨੌਜਵਾਨ ਕਹਿੰਦਾ, ਅੰਮਾ ਕੀ ਦੱਸਾਂ, ਮਾਹੀ ਮਦੀਨੇ ਵਾਲਾ ਜੱਗ ਸਾਰਾ ਜਾਣਦਾ, ਮਾਹੀ ਮਦੀਨੇ ਵਾਲਾ ਇਹ ਜੱਗ ਸਾਰਾ ਜਾਣਦਾ, ਅੱਖੀਆਂ ਦੀ ਠੰਡ ਨਾਲੇ ਉਹ ਚੈਨ ਮੇਰੀ ਜਾਣਦਾ। ਅੰਮਾ ਮੈਂ ਮਦੀਨੇ ਸਰਕਾਰ ਨੂੰ ਮਿਲਣ ਚੱਲਿਆ, ਸਾਰਾ ਕੁਝ ਚਾਚੇ ਦਾ ਚਾਚੇ ਨੂੰ ਦਿੱਤਾ, ਇਹ ਜਵਾਨ ਹੁਣ ਚੱਲਿਆ ਮਦੀਨੇ। ਕੁਰਾਨ ਮਜੀਦ ਫੁਰਕਾਨ ਹਮੀਦ ਦੇ ਅੰਦਰ ਖਾਲਿਕ ਕਾਇਨਾਤ ਨੇ ਬਾਪ ਦੀ ਅਜ਼ਮਤ ਨੂੰ ਵੀ ਵਾਜ਼ਿਹ ਕਰਕੇ ਬਿਆਨ ਫਰਮਾਇਆ। ਮੈਂ ਜਿਹੜੀ ਕੁਰਾਨ ਪਾਕ ਦੀ ਆਇਆ ਕਰੀਮਾ ਪੜ੍ਹੀ ਏ, ਅਗਰ ਸਾਰੀ ਆਇਆ ਕਰੀਮਾ ਤੇ ਗੁਫ਼ਤਗੂ ਕਰਾਂ ਤਾਂ ਵਕਤ ਕਾਫੀ ਦਰਕਾਰ ਏ। ਇੱਕ ਜੋਸ ਤੇ ਮੈਂ ਗੁਫ਼ਤਗੂ ਕਰਨਾ ਚਾਹਨਾ, ਖਾਲਿਕ ਕਾਇਨਾਤ ਨੇ ਇਰਸ਼ਾਦ ਫਰਮਾਇਆ, ਵਾ ਵਾਲਿਦਿਨ ਵਾ ਮਾ ਵਲਦ। ਅੱਲਾ ਫਰਮਾਇਆ, ਮੈਨੂੰ ਕਸਮ ਏ ਬਾਪ ਦੀ ਤੇ ਕਸਮ ਏ ਉਹਦੇ ਪੁੱਤਰ ਦੀ,
ਇਸ ਆਇਤ ਕਰੀਮਾ ਦੇ ਅੰਦਰ ਬਾਪ ਤੋਂ ਮੁਰਾਦ ਕਿਹੜਾ ਬਾਪ ਹੈ? ਬਾਦ ਉਲਾਮਾ ਫਰਮਾਦੇ ਨੇ ਬਾਪ ਤੋਂ ਮੁਰਾਦ ਅਬੂਲ ਬਸ਼ਰ ਹਜ਼ਰਤ ਆਦਮ ਅਲੈਹਿਸ ਸਲਾਮ ਦੀ ਜ਼ਾਤ ਹੈ। ਬਾਦ ਉਲਾਮਾ ਫਰਮਾਦੇ ਨੇ ਕਿ ਬਾਪ ਤੋਂ ਮੁਰਾਦ ਜੱਦੁਲ ਅੰਬੀਆ ਹਜ਼ਰਤ ਇਬਰਾਹੀਮ ਖਲੀਲੁੱਲਾਹ ਅਲੈਹਿ ਸਲਾਮ ਦੀ ਜ਼ਾਤ ਹੈ। ਬਾਦ ਉਲਾਮਾ ਫਰਮਾਦੇ ਨੇ ਕਿ ਬਾਪ ਤੋਂ ਮੁਰਾਦ ਹਜ਼ਰਤ ਇਸਮਾਈਲ ਅਲੈਹਿ ਸਲਾਮ ਦੀ ਜ਼ਾਤ ਹੈ। ਤੋ ਬਾਦ ਉਲਾਮਾ ਨੇ ਇਹ ਲਿਖਿਆ ਕਿ ਸਾਰੀ ਕਾਇਨਾਤ ਤੇ ਚਾਤੀ ਮਾਰ ਕੇ ਵੇਖੋ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਅੱਬੂ ਵਰਗਾ ਬਾਪ ਕੋਈ ਨਹੀਂ ਤੇ ਹਜ਼ੂਰ ਜੈਸਾ ਪੁੱਤਰ ਕੋਈ ਨਹੀਂ। ਬਾਪ ਤੋਂ ਮੁਰਾਦ ਮੇਰੇ ਨਬੀ ਪਾਕ ਸੱਲੱਲਾਹੁ ਵਸੱਲਮ ਦੇ ਪਿਆਰੇ ਬਾਬਾ ਜਾਨ ਦੀ ਜ਼ਾਤ ਹੈ। ਪੁੱਤਰ ਤੋਂ ਮੁਰਾਦ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਹੈ। ਲੇਕਿਨ ਸ਼ੇਖ ਮੁਹੱਕੀਕ ਫਰਮਾਇਆ, ਅੱਲਾ ਮੁਤਲਕਨ ਆਖਿਆ ਵਾਲਿਦਿਨ ਵਾ ਮਾ ਵਲਦ, ਮੈਨੂੰ ਕਸਮ ਹੈ ਬਾਪ ਦੀ ਤੇ ਕਸਮ ਹੈ ਉਹਦੇ ਪੁੱਤਰ ਦੀ। ਅੱਲਾ ਕਰੀਮ ਨੇ ਕਿਸੇ ਬਾਪ ਦਾ ਨਾਂ ਨਹੀਂ ਲਿਆ, ਬਲਕਿ ਕਾਇਨਾਤ ਦੇ ਹਰ ਬਾਪ ਦੀ ਕਸਮ ਦਾ ਜ਼ਿਕਰ ਫਰਮਾਇਆ। ਪਰ ਮੈਂ ਚਿੱਟੀ ਦਾੜੀ ਵਾਲੇ ਪਿਓ ਦਾ ਹਯਾ ਕਰੀ, ਬਾਪ ਤੇਰਾ ਲੱਗਦਾ ਤੇ ਕਸਮਾਂ ਦਾ ਜ਼ਿਕਰ ਮੈਂ ਖੁਦਾ ਪਿਆ ਕਰਨਾ। ਕਾਇਨਾਤ ਦੇ ਹਰ ਬਾਪ ਦੀ ਕਸਮ ਦਾ ਜ਼ਿਕਰ ਹੈ। ਇਹ ਕੁਰਾਨ ਦੀ ਆਇਆ ਕਰੀਮਾ ਤੈਨੂੰ ਤੇ ਮੈਨੂੰ ਬਾਪ ਦਾ ਹਯਾ ਕਰਨ ਦਾ ਦਰਸ ਦੇ ਰਹੀ, ਬਾਪ ਦੇ ਨਾਲ ਮੁਹੱਬਤ ਦਾ ਪੈਗਾਮ ਦੇ ਰਹੀ, ਬਾਪ ਦੇ ਨਾਲ ਮੁਹੱਬਤ ਦਾ ਦਰਸ ਦੇ ਰਹੀ। ਤੋ ਮੈਂ ਤੇ ਹਰ ਜਗ੍ਹਾ ਹਰ ਗਲੀ ਹਰ ਨਗਰ ਇਹੀ ਪੈਗਾਮ ਦਿੱਤੇ ਕਿ ਮਾਂ ਦੀ ਬੜੀ ਸ਼ਾਨ ਹੈ, ਮਾਂ ਦਾ ਬੜਾ ਮੁਕਾਮ ਹੈ। ਪਰ ਸਾਰੇ ਕੁਰਾਨ ਵਿੱਚ ਅੱਲਾ ਕਰੀਮ ਨੇ ਪੂਰੇ ਕੁਰਾਨ ਵਿੱਚ ਮਾਂ ਦੀ ਕਸਮ ਦਾ ਜ਼ਿਕਰ ਨਹੀਂ ਕੀਤਾ। ਜਦੋਂ ਆਈ ਨਾ ਚਿੱਟੀ ਦਾੜੀ ਵਾਲੇ ਅੱਬੇ ਦੀ ਵਾਰੀ, ਪਰ ਮੈਂ ਵਾਲਿਦਿਨ ਵਾ ਮਾ ਵਲਦ, ਮੈਨੂੰ ਕਸਮ ਹੈ ਬਾਪ ਦੀ, ਪਤਾ ਲੱਗਾ ਮਾਂ ਦਾ ਮੁਕਾਮ ਵੀ ਬੜਾ ਹੈ, ਪਰ ਉਹ ਚਿੱਟੀ ਦਾੜੀ ਵਾਲੇ ਬਾਪ ਦੀ ਕਿੰਨੀ ਸ਼ਾਨ ਹੋਵੇਗੀ ਜਿਹਦੀ ਕਸਮ ਦਾ ਜ਼ਿਕਰ ਅੱਲਾ ਕੁਰਾਨ ਵਿੱਚ ਕੀਤਾ ਹੈ। ਪਰ ਸਾਹਿਬਾ, ਬਾਪ ਜ਼ਿੰਦਾ ਹੋਵੇ, ਇਹ ਲੋਕ ਮਿਸਾਲ ਦਿੰਦੇ ਨੇ ਜੀ ਮਾਵਾਂ ਠੰਡੀਆਂ ਛਾਵਾਂ, ਬਿਲਕੁਲ ਮਿਸਾਲ ਠੀਕ ਹੈ, ਮਾਂ ਠੰਡੀ ਛਾਂ ਹੁੰਦੀ ਹੈ। ਤੇ ਮੈਂ ਮਿਸਾਲ ਨੂੰ ਥੋੜਾ ਜਿਹਾ ਅੱਗੇ ਵਧਾਵਾਂ ਤੇ ਮੈਂ ਕਹਿੰਦਾ ਜੇ ਮਾਂ ਠੰਡੀ ਛਾਂ ਹੈ ਤੇ ਬਾਪ ਬਲਦਾ ਸੂਰਜ ਹੈ। ਤੇ ਇੱਕ ਗੱਲ ਯਾਦ ਰੱਖੋ, ਜਿਸ ਦਿਨ ਸੂਰਜ ਨਾ ਨਿਕਲਿਆ ਉਸ ਦਿਨ ਕਿਆਮਤ ਆ ਜਾਏਗੀ। ਤੇ ਜਿਨ੍ਹਾਂ ਦੇ ਘਰ ਸੂਰਜ ਨਹੀਂ ਨਾ, ਉਹਨਾਂ ਨੂੰ ਪੁੱਛ ਕੇ ਵੇਖ, ਬਾਪ ਨਹੀਂ ਤੇ ਕੁਝ ਵੀ ਨਹੀਂ। ਈਦਾਂ ਈਦਾਂ ਨਹੀਂ ਲੱਗਦੀਆਂ, ਸ਼ਬਰਾਤਾਂ ਸ਼ਬਰਾਤਾਂ ਨਹੀਂ ਲੱਗਦੀਆਂ, ਵਿਹੜੇ ਵਿਰਾਨ ਲੱਗਦੇ ਨੇ। ਬਾਪ ਦਾ ਵਿਛੋੜਾ ਉਹ ਜਾਣਦਾ ਜਿਹਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਜਾਏ। ਮੈਂ ਗੁਫ਼ਤਗੂ ਨੂੰ ਚੁੱਕੇ ਅੱਗੇ ਲੈ ਕੇ ਜਾਣਾ ਤੇ ਮੈਨੂੰ ਪਤਾ ਮੈਂ ਦਰਮਿਆਨ ਜਾ ਕੇ ਸੁਣਾਵਾਂ ਜਾਂ ਐਣ ਤੋਂ ਸੁਣਾਵਾਂ ਤੇ ਮੈਨੂੰ ਇਹ ਸੁਣਾਉਣਾ ਹੀ ਪੈਣਾ। ਤੇ ਸੁਭਾਨ ਅੱਲਾ ਬੋਲੋ ਤੇ ਮੈਂ ਅਗਾਦ ਹੀ ਇੱਥੋਂ ਕਰਾਂ ਬਈ। ਇੰਜ ਨਹੀਂ, ਉੱਚਾ ਜਿਹਾ ਬੋਲੋ ਸੁਭਾਨ ਅੱਲਾ। ਇਹ ਤੇ ਉਹ ਜਾਣਦਾ ਜਿਹਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ। ਤੋ ਆਰੀਬਾਂ ਦੇ ਸੁਲਤਾਨ ਬਰਮਾਦੇ ਨੇ ਜੀ ਮਜੂਦੇ ਕੀ ਜਾਨਨ ਸਾਰ ਮੋਇਆ ਦੀ ਇਹ ਤੇ ਉਹ ਜਾਣੇ ਜੋ ਮਰ ਖਰਚ ਲੁਣੇ ਤਈ ਇਹ ਕਰ ਇੱਕ ਵਿਛੋੜਾ ਇਹ ਮਾਪਿਓ ਪਾਇਆ ਇਹ ਤੇ ਦੂਜਾ ਅਜ਼ਾਬ ਕਬਰ ਵਾਦ ਸੀ
ਉਹਨਾਂ ਦਾ ਬਾਹੂ ਤੇ ਜਿਹੜਾ ਵਿੱਚ ਹਯਾਤੀ ਮਰਦਾ ਮਾਂ ਨੇ ਪੁੱਤਰ ਦਾ ਨਾਂ ਰੱਖਿਆ ਅਬਦੁਲ ਉਜ਼ਾ। ਕੀ ਨਾਂ ਰੱਖਿਆ? ਸਾਰੇ ਬੋਲੋ, ਕੀ ਨਾਂ ਰੱਖਿਆ? ਬਾਪ ਸਿਰ ਤੋਂ ਚਲਾ ਗਿਆ, ਬਾਪ ਹੈ ਕੋਈ ਨੀ ਬੱਚੇ ਦਾ, ਹੁਣ ਬਾਪ ਤੋਂ ਬਗੈਰ ਜ਼ਿੰਦਗੀ ਗੁਜ਼ਰਦੀ ਕਹਿੰਦੇ। ਬਾਪ ਦਾ ਸਾਇਆ ਸਿਰ ਤੋਂ ਉੱਠਿਆ ਤੇ ਮਾਂ ਨੇ ਪੁੱਤਰ ਦਾ ਨਾਂ ਅਬਦੁਲ ਉਜ਼ਾ ਰੱਖਿਆ ਤੇ ਉਂਗਲੀ ਪੁੱਤਰ ਨੂੰ ਲਾ ਕੇ ਤੇ ਚਾਚੇ ਦੇ ਕੋਲ ਲੈ ਕੇ ਆਈ। ਬੱਚੇ ਦੇ ਚਾਚੇ ਦੇ ਸਾਹਮਣੇ ਖਿਲਾਰ ਕੇ ਕਹਿਣ ਲੱਗੀ, ਆਹ ਮੇਰਾ ਪੁੱਤਰ ਹੈ ਤੇ ਇਹਦਾ ਬਾਪ ਸਿਰ ਤੋਂ ਚਲਾ ਗਿਆ, ਤੇ ਤੂੰ ਚਾਚਾ ਵੀ ਹੈ ਤੇ ਬਾਪ ਵੀ ਹੈ, ਤੇ ਪਿਓ ਵਾਲਾ ਪਿਆਰ ਦੇ ਤੇ ਮੇਰੇ ਪੁੱਤਰ ਨੂੰ ਪਾਲ ਜਵਾਨ ਕਰ। ਚਾਚੇ ਨੇ ਪਰਵਰਿਸ਼ ਦਾ ਜ਼ਿੰਮਾ ਲੈ ਲਿਆ ਤੇ ਬੜੇ ਚਾਵਾਂ ਦੇ ਨਾਲ ਉਸ ਬੱਚੇ ਨੂੰ ਜਵਾਨ ਕੀਤਾ। ਬੱਚਾ ਜਵਾਨ ਹੋਇਆ ਤੇ ਚਾਚਾ ਬੜਾ ਅਮੀਰ ਹੈ, ਬੜਾ ਮਾਲਦਾਰ ਹੈ, ਬੜਾ ਦੌਲਤ ਵਾਲਾ ਹੈ। ਚਾਚੇ ਨੇ ਸਾਰਾ ਕਾਰੋਬਾਰ ਬੱਚੇ ਨੂੰ ਸੌਂਪ ਦਿੱਤਾ, ਬੱਕਰੀਆਂ ਵੀ ਦਿੱਤੀਆਂ, ਗਾਵਾਂ ਵੀ ਦਿੱਤੀਆਂ, ਰਹਿਣ ਵਾਸਤੇ ਮਕਾਨ ਵੀ ਦਿੱਤਾ, ਪਾਉਣ ਵਾਸਤੇ ਕੱਪੜੇ ਸੋਹਣੇ ਦਿੱਤੇ। ਬੱਚਾ ਹੁਣ ਚਾਚੇ ਦੇ ਕੋਲ ਜ਼ਿੰਦਗੀ ਗੁਜ਼ਾਰਿਆ ਤੇ ਚਾਚੇ ਦਾ ਸਾਰਾ ਕਾਰੋਬਾਰ ਬੱਚਾ ਪਿਆ ਸੰਭਾਲਦਾ ਹੈ। ਇਹ ਬੱਚਾ ਜਵਾਨ ਹੋ ਗਿਆ ਤੇ ਠਾਠ ਬਾਠ ਬੜੀ ਹੈ, ਚੁੱਕੇ ਚਾਚੇ ਕੋਲ ਮਾਲ ਜੋ ਬੜਾ ਹੈ। ਇਹਨੇ ਰੋਜ਼ ਹੀ ਕੰਮ ਤੋਂ ਆਉਣਾ ਤੇ ਤਿਆਰ ਹੋ ਕੇ ਨਾ ਤੇ ਗਲੀ 'ਚ ਨਿਕਲਦਾ ਮੱਕੇ ਦੀ ਤੇ ਕਹਿੰਦਾ, ਯਾਰ ਤੇਰੇ ਵਰਗਾ ਸੋਹਣਾ ਕੋਈ ਹੋਵੇਗਾ ਜਿਤਨਾ ਤੂੰ ਹਸੀਨ ਹੈ? ਇੱਕ ਦਿਨ ਬੜਾ ਤਿਆਰ ਹੋ ਕੇ ਤੇ ਸੱਜ ਫੱਬ ਕੇ ਬੱਚਾ ਮੱਕੇ ਦੀ ਗਲੀ 'ਚ ਨਿਕਲਿਆ। ਇਧਰੋਂ ਅਬਦੁਲ ਉਜ਼ਾ ਜਵਾਨ ਮੱਕੇ ਦੀ ਗਲੀ 'ਚ ਸੱਜ ਫੱਬ ਕੇ ਨਿਕਲਿਆ, ਉਧਰੋਂ ਕਮਲੀ ਵਾਲੇ ਆ ਰਹੇ, ਇਧਰੋਂ ਬੱਚਾ, ਉਧਰੋਂ ਸਰਕਾਰ ਵੀ ਆ ਰਹੇ। ਅਬਦੁਲ ਉਜ਼ਾ ਦੀ ਨਜ਼ਰ ਜਦੋਂ ਹਜ਼ੂਰ ਤੇ ਪਈ ਨਾ ਤੇ ਆਪਣੇ ਆਪ ਨੂੰ ਕਹਿਣ ਲੱਗਾ, ਕਿਹੜੇ ਹੁਸਨ ਦੀ ਗੱਲ ਕਰਨਾ, ਹੁਸਨ ਤੇ ਆ ਹੀ ਨਾ, ਬੜਾ ਹਸੀ ਬਣਿਆ ਫਿਰਨਾ, ਬੜਾ ਆਪਣੇ ਹੁਸਨ ਤੇ ਮਾਰ ਕਰਨਾ। ਹੁਸਨ ਤੇ ਆਈ ਵੇਖਿਆ ਸਰਕਾਰ ਨੂੰ ਤੇ ਹਜ਼ੂਰ ਦਾ ਦੀਵਾਨਾ ਹੋ ਗਿਆ ਤੇ ਇਸ਼ਕ ਲੱਗ ਗਿਆ। ਰਾਤ ਜਾ ਕੇ ਬਿਸਤਰ ਤੇ ਲੇਟਦਾ, ਅੱਖ ਬੰਦ ਕਰਦਾ ਤੇ ਹਜ਼ੂਰ ਦੀ ਸੂਰਤ ਸਾਹਮਣੇ, ਕੰਮ ਤੇ ਜਾਂਦਾ ਤੇ ਸਾਰਾ ਦਿਨ ਖਿਆਲ ਮੁਸਤਫਾ ਕਰੀਮ ਦੇ। ਜੇ ਪੰਜਾਬੀ ਚ ਇੰਜ ਆਕਾ, ਹੱਥ ਕਾਰ ਵੱਲੇ ਦਿਲ ਸਰਕਾਰ ਵੱਲੇ। ਬਸ ਹੁਣ ਉਡੀਕਾਂ ਲੱਗ ਗਈਆਂ, ਕਿਹੜਾ ਵੇਲਾ ਹੋਵੇ ਤੇ ਮੈਂ ਹਜ਼ੂਰ ਦੀ ਗੁਲਾਮੀ ਚ ਜਾਵਾਂ। ਇਹਨੇ ਲੁਕ ਲੁਕ ਕੇ ਨਬੀ ਪਾਕ ਦੇ ਰਾਹ ਵੇਖਣੇ, ਇਸ਼ਕ ਲੱਗ ਗਿਆ। ਰਾਤਾਂ ਦੀ ਨੀਂਦਰ ਗਈ ਤੇ ਦਿਨ ਦਾ ਚੈਨ ਗਿਆ। ਮੇਰਾ ਦਿਲ ਕਰਦਾ ਮੈਂ ਇਸ਼ਕ ਦਾ ਰੰਗ ਵੀ ਹਜ਼ਰਤ ਸਖੀ ਸੁਲਤਾਨੇ ਬਾਹੂ ਦੀ ਕਲਮ ਦੀ ਨੋਕ ਤੇ ਰੱਖਾਂ। ਤੋ ਆਰੀ ਬੰਦੇ ਸੁਲਤਾਨ ਬਰਮਾਦੇ ਨੇ ਇਸ਼ਕ ਮਾਹੀ ਦੇ ਆਇਆ ਲੱਗੀਆਂ ਨੂੰ ਕੌਣ ਬੁਝਾਵੇ, ਹੂਨਾ ਏ ਸੋਵੇ ਤੇ ਨਾ ਸੋਵਣ ਦੇਵੇ, ਤੇ ਰਾਤੀ ਸੁੱਤਿਆਂ ਜਿਹੜਾ ਦਰ ਦਰ ਜਾ ਝੁਕਾਵੇ, ਮੈਂ ਕੁਰਬਾਨ ਇਸ ਇਸ਼ਕ ਤੇ ਬਾਹੂ ਤੇ, ਜਿਹੜਾ ਵਿਛੜੇ ਯਾਰ ਮਿਲਾ
ਮੈਂ ਕੁਰਬਾਨ ਇਸ ਇਸ਼ਕ ਤੇ ਬਾਹੂ ਜਿਹੜਾ ਵਿਛੜੇ ਯਾਰ ਮਿਲਾਵੇ। ਅਬਦੁਲ ਉਜ਼ਾ ਨੂੰ ਇਸ਼ਕ ਲੱਗ ਗਿਆ, ਰਾਤ ਨੂੰ ਨੀਂਦ ਨਹੀਂ ਆ ਰਹੀ, ਦਿਨ ਨੂੰ ਚੈਨ ਨਹੀਂ ਆ ਰਿਹਾ। ਇਹ ਰਾਤ ਵੀ ਜਾਗਦੇ, ਦਿਨ ਵੀ ਜਾਗਦੇ, ਤੇ ਹਜ਼ੂਰ ਦੇ ਲੁੱਕ ਲੁੱਕ ਕੇ ਰਾਹ ਵੇਖਦਾ। ਹੁਣ ਤਵੱਜੋ ਰੱਖਣੀ, ਮੈਂ ਬਾਤ ਬੜੀ ਜਲਦੀ ਨਾਲ ਮੁਕਾਉਣ ਦੀ ਕੋਸ਼ਿਸ਼ ਕਰਨੀ ਹੈ। ਗੁਫ਼ਤਗੂ ਅਗਰ ਮੈਂ ਤਵਾਲਤ ਵਿੱਚ ਲੈ ਕੇ ਜਾਵਾਂ ਤੇ ਕਾਫੀ ਵਕਤ ਦਰਕਾਰ ਹੈ। ਅਬਦੁਲ ਉਜ਼ਾ ਨੂੰ ਸਰਕਾਰ ਨਾਲ ਇਤਨਾ ਇਸ਼ਕ ਹੈ ਕਿ ਲੁੱਕ ਲੁੱਕ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਰਾਹਾਂ ਵੇਖਦਾ। ਅਜੇ ਚਾਚੇ ਵੀ ਕਲਮਾ ਨਹੀਂ ਪੜਿਆ, ਅਜੇ ਅੰਮਾ ਵੀ ਕਲਮਾ, ਤੇ ਹੁਣ ਅਬਦੁਲ ਉਜ਼ਾ ਇੰਤਜ਼ਾਰ ਪਿਆ ਕਰਦਾ ਕਿਹੜਾ ਵੇਲਾ ਹੋਵੇ ਤੇ ਚਾਚਾ ਕਲਮਾ ਪੜੇ, ਤੇ ਨਾਲ ਦੀ ਨਾਲ ਮੈਂ ਆਪਣੇ ਇਸ਼ਕ ਦਾ ਇਜ਼ਹਾਰ ਵੀ ਕਰਾਂ ਕਿ ਚਾਚਾ ਜੀ ਦਾ ਤੂੰ ਗੁਲਾਮ ਹੈ, ਉਹਦਾ ਮੈਂ ਤੇਰੇ ਤੋਂ ਪਹਿਲਾਂ ਦਾ ਗੁਲਾਮ ਆ। ਇਹ ਇੰਤਜ਼ਾਰ ਇੱਥੇ ਕਿ ਕਿਹੜਾ ਵੇਲਾ ਹੋਵੇ ਚਾਚਾ ਕਲਮਾ ਪੜੇ। ਅਜੇ ਤੱਕ ਚਾਚੇ ਨੇ ਕਲਮਾ ਨਹੀਂ ਪੜਿਆ। ਇੱਕ ਦਿਨ ਅਬਦੁਲ ਉਜ਼ਾ ਤੰਗ ਆ ਗਿਆ ਤੇ ਇਸ਼ਕ ਗਾਲਿਬ ਆ ਗਿਆ। ਇੱਧਰ ਅਜੇ ਨਵਾਂ ਨਵਾਂ ਇਸ਼ਕ ਪਿਆ ਲੱਗਦਾ, ਚੰਦ ਦਿਹਾੜੇ ਗੁਜ਼ਰੇ ਨੇ, ਸਰਕਾਰ ਦਾ ਦੀਵਾਨਾ ਬਣਿਆ। ਉਧਰ ਹੁਕਮੇ ਰੱਬੀ ਆਇਆ ਕਿ ਸੋਹਣਿਆ ਤੁਸੀਂ ਇੰਜ ਕਰੋ, ਗੁਲਾਮਾਂ ਨੂੰ ਨਾਲ ਲਓ ਤੇ ਹਿਜਰਤ ਕਰਕੇ ਮਦੀਨੇ ਚਲੇ ਜਾਓ। ਇੱਧਰ ਇਹ ਜਵਾਨ ਨੂੰ ਇਸ਼ਕ ਲੱਗ ਗਿਆ, ਉਧਰ ਸਰਕਾਰ ਹਿਜਰਤ ਕਰਕੇ ਮਦੀਨੇ ਵੱਲ ਚਲੇ ਗਏ। ਇਹਦੀਆਂ ਰਾਤਾਂ ਦੀ ਨੀਂਦ ਤੇ ਦਿਨ ਦਾ ਆਰਾਮ ਗਿਆ ਕਿ ਜਿਨ੍ਹਾਂ ਨਾਲ ਮੈਂ ਪਿਆਰ ਕੀਤਾ, ਇਸ਼ਕ ਕੀਤਾ, ਹੁਣ ਉਹ ਮਾਹੀ ਵੀ ਨਜ਼ਰ ਨਹੀਂ ਆ ਰਹੇ। ਸਰਕਾਰ ਵੀ ਮਦੀਨਾ ਤੇ ਗਵਾ ਚਲੇ ਗਏ। ਬਾਪ ਸਿਰ ਤੇ ਨਹੀਂ ਤੇ ਚਾਚੇ ਦਾ ਕਾਰੋਬਾਰ ਹੈ ਤੇ ਚਾਚੇ ਨੇ ਪਾਲਿਆ ਤੇ ਰਹਿਣ ਵਾਸਤੇ ਮਕਾਨ ਵੀ ਚਾਚੇ ਨੇ ਦਿੱਤਾ। ਬੜਾ ਇੰਤਜ਼ਾਰ ਕੀਤਾ ਕਿ ਕਿਹੜਾ ਵੇਲਾ ਹੋਵੇ ਚਾਚਾ ਕਲਮਾ ਪੜੇ ਤੇ ਨਾਲ ਦੀ ਨਾਲ ਮੈਂ ਆਪਣੇ ਇਸ਼ਕ ਦੀ ਦਾਸਤਾਨ ਵੀ ਚਾਚੇ ਦੇ ਸਾਹਮਣੇ ਰੱਖਾਂ। ਚਾਚੇ ਨੇ ਕਲਮਾ ਨਹੀਂ ਪੜਿਆ, ਹੁਣ ਇਸ਼ਕ ਦੇ ਸਾਰੇ ਬੰਧ ਟੁੱਟ ਗਏ, ਸਬਰ ਦੇ ਬੰਧ ਟੁੱਟ ਗਏ, ਆਸ਼ਿਕ ਲੋ ਰਿਹਾ ਨਾ ਗਿਆ। ਕੌਣ ਹੈ ਦੀਵਾਲੀ ਦੇ ਗੁਲਾਮੋ, ਇਹ ਨਬੀ ਦਾ ਦੀਵਾਨਾ ਹੈ, ਆਪਣੀ ਮਾਂ ਦੇ ਕੋਲ ਆਇਆ ਆ ਕੇ ਅੰਮਾ ਨੂੰ ਕਹਿਣ ਲੱਗਾ, ਅੰਮਾ ਮੈਂ ਮਦੀਨੇ ਜਾਣਾ ਹੈ। ਕਹਿਣ ਲੱਗਾ ਅੰਮਾ ਮੈਂ ਮਦੀਨੇ ਜਾਣਾ ਹੈ। ਮਾਂ ਕਹਿਣ ਲੱਗੀ, ਪੁੱਤਰਾ ਤੇਰੇ ਚਾਚੇ ਨੇ ਕਲਮਾ ਨਹੀਂ ਪੜਿਆ, ਜੇ ਤੇਰੇ ਚਾਚੇ ਨੂੰ ਪਤਾ ਲੱਗ ਗਿਆ ਤੂੰ ਮਦੀਨੇ ਦੀਆਂ ਗੱਲਾਂ ਕਰਨਾ ਹੈ, ਪੁੱਤਰਾ ਤੇਰੇ ਚਾਚੇ ਤੈਨੂੰ ਬੜਾ ਮਾਰਨਾ ਹੈ, ਬੱਕਰੀਆਂ ਵੀ ਲੈ ਲੈਣੀਆਂ ਨੇ, ਗਾਵਾਂ ਵੀ ਲੈ ਲੈਣੀਆਂ ਨੇ, ਪੁੱਤਰਾ ਇਹ ਮਕਾਨ ਵੀ ਚਾਚੇ ਦਿੱਤਾਈ, ਇਹ ਕਾਰੋਬਾਰ ਵੀ ਚਾਚੇ ਨੇ ਦਿੱਤਾਈ, ਜੇ ਚਾਚੇ ਨੂੰ ਪਤਾ ਲੱਗਾ ਚਾਚਾ ਮਾਰੇਗਾ, ਤੇਰਾ ਤੇ ਮਾਂ ਵੀ ਕੋਈ ਨਹੀਂ, ਮੈਂ ਬੜੇ ਦੁੱਖਾਂ ਦੇ ਨਾਲ ਪਾਲੀ। ਪੁੱਤਰਾ ਦਿੱਗਿਆ ਹੁੰਦਿਆਂ ਤੇਰਾ ਬਾਬਾ ਦੁਨੀਆਂ ਤੋਂ ਚਲਾ ਗਿਆ, ਤੇਰਾ ਬਾਪ ਕੋਈ ਨਹੀਂ, ਮੈਂ ਮਾਂ ਬੜੇ ਚਾਵਾਂ ਦੇ ਨਾਲ ਪਾਲਦੀ ਰਹੀ ਆ, ਜੇ ਤੇਰੇ ਚਾਚੇ ਨੂੰ ਪਤਾ ਲੱਗਾ ਉਹਨੇ ਸਾਰਾ ਕੁਝ ਲੈ ਲੈਣਾ ਹੈ। ਬੱਚਾ ਕਹਿੰਦਾ ਅੰਮਾ ਕੀ ਕਰਾਂ, ਮੈਂ ਮਦੀਨੇ ਜਾਣਾ ਹੈ। ਇੱਕ ਦਿਨ ਗੁਜ਼ਰਿਆ, ਦੋ ਦਿਨ ਗੁਜ਼ਰੇ ਕੇ ਚਾਚੇ ਨੂੰ ਪਤਾ ਨਾ ਲੱਗੇ, ਇੱਧਰ ਇਸ਼ਕ ਤੰਗ ਪਿਆ ਕਰਦਾ ਹੈ। ਬੱਚਾ ਚਾਚੇ ਦੇ ਸਾਹਮਣੇ ਆ ਕੇ ਕਹਿਣ ਲੱਗਾ, ਚਾਚਾ ਮੈਂ ਮਦੀਨੇ ਜਾਣਾ। ਜਦੋਂ ਮਦੀਨੇ ਦਾ ਨਾਂ ਸੁਣਿਆ, ਚਾਚੇ ਨੇ ਬੱਚੇ ਨੂੰ ਥੱਪੜ ਮਾਰਿਆ ਤੇ ਥੱਪੜ ਮਾਰ ਕੇ ਕਹਿਣ ਲੱਗਾ, ਖਾਵੇ ਮੇਰਾ ਪਾਵੇ ਮੇਰਾ, ਕਾਰੋਬਾਰ ਵੀ ਮੈਂ ਦਿੱਤਾ, ਬੱਕਰੀਆਂ ਵੀ ਮੈਂ ਦਿੱਤੀਆਂ ਨੇ, ਤੇ ਗੱਲਾਂ ਮੇਰੇ ਦੁਸ਼ਮਣ ਕੋਲ ਜਾਣ ਦੀਆਂ ਪਿਆ ਕਰਨਾ ਏ। ਬੱਚਾ ਕਹਿੰਦਾ ਚਾਚਾ ਮੈਂ ਮਦੀਨੇ ਜਾਣਾ ਏ। ਚਾਚਾ ਕਹਿਣ ਲੱਗਾ ਤੈਨੂੰ ਯਾਦ ਆਉਣਾ ਚਾਹੀਦਾ, ਕਾਰੋਬਾਰ ਵੀ ਮੇਰਾ ਏ, ਜਿਹੜੇ ਘਰ ਦੇ ਅੰਦਰ ਰਹਿੰਦੇ ਮਕਾਨ ਵੀ ਮੇਰਾ ਏ, ਜਿਹੜੀਆਂ ਬੱਕਰੀਆਂ ਤੇ ਗਾਵਾਂ ਚਾਰਨੇ ਬੱਕਰੀਆਂ ਗਾਵਾਂ ਵੀ ਮੇਰੀਆਂ ਨੇ, ਜਿਹੜੇ ਜਿਸਮ ਦੇ ਕੱਪੜੇ ਪਾ ਕੇ ਫਿਰਨੇ ਕੱਪੜੇ ਵੀ ਮੇਰੇ ਨੇ। ਇੱਧਰ ਇਸ਼ਕ ਏਡਾ ਖਾਲੀ ਪਾ ਗਿਆ, ਜਵਾਨ ਚਾਚੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿਣ ਲੱਗਾ, ਚਾਚਾ ਕੱਲ੍ਹ ਤੋਂ ਆਪਣਾ ਕੰਮ ਤੋਂ ਯਾਰ।
ਸੰਭਾਲ ਲੈ ਮੈਂ ਮਦੀਨੇ ਜਾਣਾ। ਚਾਚਾ ਆਪਣੀਆਂ ਬੱਕਰੀਆਂ ਵੀ ਆਪ ਸੰਭਾਲ ਮੈਂ ਮਦੀਨੇ ਜਾ ਰਿਹਾ, ਆਪਣੀਆਂ ਗਾਵਾਂ ਵੀ ਆਪ ਸੰਭਾਲ ਮੈਂ ਮਦੀਨੇ ਜਾ ਰਿਹਾ। ਜਦੋਂ ਚਾਚੇ ਵੇਖਿਆ ਕਿਸੇ ਪਾਸੇ ਵੀ ਗੱਲ ਨਹੀਂ ਲੱਗਦੀ, ਚਾਚਾ ਕਹਿਣ ਲੱਗਾ ਜਿਹੜੇ ਜਿਸਮ ਤੇ ਕੱਪੜੇ ਪਾਏ ਨੀ ਕੱਪੜੇ ਵੀ ਮੇਰੇ ਨੇ। ਬੱਚਾ ਕਮਰੇ ਦੇ ਅੰਦਰ ਆਇਆ, ਮਾਂ ਨੂੰ ਕਹਿਣ ਲੱਗਾ ਅੰਮਾ ਨਿੱਕੀ ਆਉਂਦੇ ਆ ਮੇਰਾ ਬਾਪ ਛਲਾਂਗ ਗਿਆ। ਅੰਮਾ ਨਿੱਕੀ ਉਮਰੇ ਮੇਰੇ ਸਿਰ ਤੋਂ ਮੇਰੇ ਅੱਬੂ ਦਾ ਸਾਇਆ ਉੱਠ ਗਿਆ। ਅੰਮਾ ਜਦੋਂ ਬਾਪ ਮਰ ਗਿਆ ਜ਼ਿਆਦਾ ਤੂੰ ਲੋਰੀਆਂ ਨਹੀਂ ਦਿੱਤੀਆਂ, ਅੰਮਾ ਮੈਂ ਤੇਰੇ ਤੇ ਗਿਲਾ ਨਹੀਂ ਕਰਦਾ, ਮੈਨੂੰ ਚਾਚੇ ਦੇ ਬੂਵੇ ਛੱਡ ਕੇ ਆਈ ਮੈਂ ਤੇਰੇ ਤੇ ਗਿਲਾ ਨਹੀਂ ਕਰਦਾ, ਅੰਮਾ ਤੂੰ ਮਿਲਣ ਵੀ ਨਹੀਂ ਆਈ ਮੈਂ ਤੇਰੇ ਤੇ ਗਿਲਾ ਨਹੀਂ ਕਰਦਾ, ਪਰ ਅੰਮਾ ਹੁਣ ਮੈਂ ਮਦੀਨੇ ਜਾ ਰਿਹਾ ਮੈਨੂੰ ਕੋ ਕੱਪੜਾ ਦੇ ਦੇ ਜਿਹਦੇ ਨਾਲ ਮੈਂ ਜਿਸਮ ਕੱਜ ਕੇ ਯਾਰ ਦੇ ਸ਼ਹਿਰ ਚਲਿਆ ਜਾਵਾਂ। ਚਾਚੇ ਦੇ ਕੱਪੜੇ ਲਾ ਕੇ ਚਾਚੇ ਨੂੰ ਦੇ ਦਿੱਤੇ, ਇਸ ਜਵਾਨ ਦੀ ਮਾਂ ਨੇ ਇੱਕ ਚਾਦਰ ਆਪਣੇ ਪੁੱਤਰ ਨੂੰ ਦੇ ਦਿੱਤੀ, ਇਹਨੇ ਚਾਦਰ ਦੇ ਦੋ ਟੋਟੇ ਕੀਤੇ, ਅੱਧੇ ਦੇ ਨਾਲ ਆਪਣਾ ਸਤਰ ਕਜਿਆ ਅੱਧੀ ਕੰਡ ਤੇ ਲੈ ਲਈ, ਕਹਿੰਦਾ ਅੰਮਾ ਲੈ ਫਿਰ ਮੈਂ ਮਦੀਨੇ ਜਾ ਰਿਹਾ, ਤੇ ਮਾਂ ਕਹਿਣ ਲੱਗੀ ਪੁੱਤਰਾ ਕਾਰੋਬਾਰ ਛੱਡ ਕੇ ਚੱਲਿਆ, ਬੱਕਰੀਆਂ ਭੇਡਾਂ ਤੇ ਗਾਵਾਂ ਛੱਡ ਕੇ ਚੱਲਿਆ ਏ, ਪੁੱਤਰਾ ਵਡੇਰੀ ਮਾਂ ਨੂੰ ਛੱਡ ਕੇ ਚੱਲਿਆ, ਦੱਸ ਮਦੀਨੇ ਕੌਣ ਏ? ਤੇ ਨੌਜਵਾਨ ਕਹਿੰਦਾ ਅੰਮਾ ਕੀ ਦੱਸਾਂ ਮਾਹੀ ਮਦੀਨੇ ਵਾਲਾ ਜੱਗ ਸਾਰਾ ਜਾਣਦਾ, ਮਾਹੀ ਮਦੀਨੇ ਵਾਲਾ ਇਹ ਜੱਗ ਸਾਰਾ ਜਾਣਦਾ, ਠੰਡ ਨਾਲੇ ਉਹ ਚੈਨ ਮੇਰੀ ਜਾਣਦਾ। ਅੰਮਾ ਮੈਂ ਮਦੀਨੇ ਸਰਕਾਰ ਨੂੰ ਮਿਲਣ ਚੱਲਿਆ, ਸਾਰਾ ਕੁਝ ਚਾਚੇ ਦਾ ਚਾਚੇ ਨੂੰ ਦਿੱਤਾ, ਇਹ ਜਵਾਨ ਹੁਣ ਚੱਲਿਆ ਮਦੀਨੇ। ਅਰਬੀ ਦੇ ਅੰਦਰ ਚਾਦਰ ਨੂੰ ਬਜਾਦ ਆਖਿਆ ਜਾਂਦਾ, ਇਹਨੇ ਚਾਦਰ ਦੇ ਕੀਤੇ ਦੋ ਟੋਟੇ, ਅੱਧੀ ਦੇ ਨਾਲ ਆਪਣਾ ਸਤਰ ਤੇ ਅੱਧੀ ਉੱਤੇ ਲਈ, ਹੁਣ ਪੈਰਾਂ 'ਚ ਜੁੱਤੀ ਵੀ ਨਹੀਂ, ਸਾਰਾ ਕੁਝ ਦੇ ਦਵਾ ਕੇ ਇਹ ਜਵਾਨ ਮਦੀਨੇ ਮਿਲ ਜਾ ਰਿਹਾ। ਤਵੱਜੋ ਰੱਖੋ ਬਈ, ਬੈਠ ਜਾਓ ਡਾਕਟਰ ਸਾਹਿਬ, ਉੱਠਣ ਬੈਠਣ ਹੁੰਦਾ ਰਹੇਗਾ, ਛੱਡ ਦਿਓ ਉਹ ਬਹਿ ਜਾ ਕਾਕਾ। ਅਧੀ ਦਾ ਨਿਗਰਾਨੀ ਹੈ ਕਦਰ, ਇਹ ਜਵਾਨ ਹੁਣ ਚੱਲਿਆ ਨਾ ਜਦੋਂ ਮਦੀਨੇ, ਤੇ ਰਸਤੇ 'ਚ ਕੋਈ ਕਾਫਲਾ ਮਿਲਿਆ, ਉਹਨਾਂ ਇਹਦੀ ਹਾਲਤ ਵੇਖੀ ਨਾ, ਇੱਕ ਚਾਦਰ ਐਨ ਕਰਕੇ ਤੇੜ ਬੰਨੀ ਹੈ, ਇੱਕ ਉੱਤੇ ਲਈ, ਉਹਨਾਂ ਕਿਹਾ ਕਿੱਥੇ ਚੱਲੇ ਆ ਅਖੇ ਮੈਂ ਮਦੀਨੇ। ਉਹਨਾਂ ਕਿਹਾ ਕੋਈ ਚਾਰ ਦਿਹਾੜੇ ਕੰਮ ਕਾਜ ਕਰਦਾ, ਕੋਈ ਪੈਸੇ ਧੇਲੇ ਬਣਾ ਲੈਂਦਾ, ਜੁੱਤੀ ਕੱਪੜੇ ਸੋਹਣੇ ਪਾ ਕੇ ਜਾਂਦਾ, ਉੱਥੇ ਤੇਰੀ ਗਏ ਦੀ ਇੱਜ਼ਤ ਹੁੰਦੀ, ਤੂੰ ਇਹ ਦੋ ਚਾਦਰਾਂ ਲੈ ਕੇ ਮਦੀਨੇ ਚੱਲੇ ਆ ਤੇ ਕੋਈ ਚਾਰ ਦਿਹਾੜੇ ਕੰਮ ਕਰ, ਪੈਰਾਂ 'ਚ ਜੁੱਤੀ ਵੀ ਨਹੀਂ, ਨੁਕੇਲੇ ਪੱਥਰ ਨੇ ਪੈਰਾਂ 'ਚ ਵੱਜਣਗੇ, ਤੇ ਤੂੰ ਕਿਹੜੀ ਹਾਲਤ ਲੈ ਕੇ ਮਦੀਨੇ ਜਾ ਰਿਹਾ? ਤੇ ਆਸ਼ਿਕ ਸੀ ਨਾ, ਤੇ ਅੰਦਰੋਂ ਇਸ਼ਕ ਕਹਿਣ ਲੱਗਾ ਰਹਿਣ ਦੇ, ਇਹਨਾਂ ਦੇ ਆਖੇ ਨਾ ਲੱਗੀ, ਨਾ ਮੁਖੜਾ ਨਾ ਮੁਖੜੇ ਦਾ ਦਿਲ ਵੇਖਦੇ, ਮਦੀਨੇ ਵਾਲੇ ਜੇ ਵੇਖਣ ਤੇ ਦਿਲ ਵੇਖਦੇ। ਉਹ ਸਾਰਿਆਂ ਨੂੰ ਕਹਿਣ ਲੱਗਾ ਤੁਸੀਂ ਆਪਣੀਆਂ ਗੱਲਾਂ ਕੋਲ ਰੱਖੋ, ਇਸੇ ਹਾਲਤ ਵਿੱਚ ਜਾਵਾਂਗਾ ਯਾਰ ਕਬੂਲ ਕਰੇਗਾ। ਤੇ ਮੇਰਾ ਵਿਦਾਨ ਹੈ ਉਹਨਾਂ ਨੂੰ ਕਹਿੰਦਾ ਹੋਣਾ, ਛੋੜ ਫਿਕਰ ਦੁਨੀਆ ਕੀ ਚੱਲ ਮਦੀਨੇ ਚੱਲਦੇ ਹੈਂ, ਛੋੜ ਫਿਕਰ ਦੁਨੀਆ ਕੀ।
ਰੋਜ਼ਾ ਮੈਂ ਵੀ ਰੱਖਿਆ ਜੇ ਤੁਸਾਂ ਰੱਖਿਆ ਕੁਝ ਨਹੀਂ ਹੁੰਦਾ ਪੜੋ ਛੋਟ ਫਿਕਰ ਦੁਨੀਆ ਕੀ ਚੱਲ ਮਦੀਨੇ ਚੱਲਦੇ ਹੈ ਛੋਟ ਫਿਕਰ ਦੁਨੀਆ ਕੀ ਚੱਲ ਮਦੀਨੇ ਚੱਲਦੇ ਹੈ ਮੁਸਤਫਾ ਗੁਲਾਮੋ ਕੀ ਕਿਸਮਤੇ ਬਦਲਤੇ ਹੈ ਮੁਸਤਫਾ ਗੁਲਾਮੋ ਕੀ ਕਿਸਮਤੇ ਨੇੜੇ ਬੁਲਾਇਆ ਹਜ਼ੂਰ ਫਰਮਾਉਂਦੇ ਨੇ ਨੇੜੇ ਆ ਤੇ ਆਹ ਦੋ ਚਾਦਰਾਂ ਤੇ ਪੈਰਾਂ ਦਾ ਹਾਲ ਕੀ ਬਣਾਇਆ ਤੇ ਤੂੰ ਕਿੱਥੋਂ ਆਇਆ ਅੱਖਾਂ ਚੋਂ ਅਥਰੂ ਆ ਗਏ ਅਰਦ ਕੀਤੀ ਸੋਹਣਿਆ ਮੈਂ ਮੱਕਿਓਂ ਆਇਆ ਹਜ਼ੂਰ ਫਰਮਾਉਂਦੇ ਨੇ ਤੇਰਾ ਨਾਂ ਕੀ ਏ ਹੁਣ ਮੈਂ ਆਪਣੇ ਇਸ਼ਕ ਦੀ ਗੱਲ ਕਰਾਂ ਨਾ ਆਂਦਾ ਤੇ ਹੋਵੇਗਾ ਸੋਹਣਿਆ ਆਸ਼ਿਕਾਂ ਦੇ ਕਿਹੜੇ ਨਾਂ ਹੁੰਦੇ ਨੇ ਜੋ ਦਿਲ ਕਰਦਾ ਜੇ ਰੱਖਦੇ ਹੋ ਮੁਸਤਫਾ ਕਰੀਮ ਫਰਮਾਇਆ ਤੇਰੀ ਮਾਂ ਨੇ ਨਾਂ ਕੀ ਰੱਖੇ ਅੰਦ ਕੀਤੀ ਸੋਹਣਿਆ ਮੇਰੀ ਨਾਂ ਮੇਰੀ ਮਾਂ ਨੇ ਨਾਂ ਰੱਖੇ ਅਬਦੁਲ ਉਜ਼ਾ ਸਰਕਾਰ ਪਕੜਿਆ ਹਜ਼ੂਰ ਸੀਨੇ ਲਾਇਆ ਮੱਥਾ ਚੁੰਮਿਆ ਫਰਮਾਇਆ ਮੈਂ ਮੁਹੰਮਦ ਦੇ ਇਸ਼ਕ ਪਿੱਛੇ ਸਾਰਾ ਕੁਝ ਛੱਡ ਕੇ ਆਇਆ ਤੇ ਤੇਰਾ ਬਾਪ ਵੀ ਸਿਰ ਤੇ ਕੋਈ ਨਹੀਂ ਜੀ ਕਮਲੀ ਵਾਲਿਆ ਬਾਪ ਤੇ ਨਿੱਕੀ ਹੁੰਦਿਆਂ ਦੁਨੀਆ ਤੋਂ ਚਲਾ ਗਿਆ ਚਾਚੇ ਨੇ ਸਾਰਾ ਕੁਝ ਖੋ ਲਿਆ ਪਰ ਸੋਹਣਿਆ ਮੈਂ ਤੇਰੇ ਪਿੱਛੇ ਆ ਗਿਆ ਹਜ਼ੂਰ ਫਰਮਾਉਂਦੇ ਨੇ ਮਾਂ ਨੇ ਨਾਂ ਅਬਦੁਲ ਉਜ਼ਾ ਰੱਖਿਆ ਅੱਜ ਤੋਂ ਬਾਅਦ ਤੇਰਾ ਅਬਦੁਲ ਉਜ਼ਾ ਨਾਂ ਖਤਮ ਮਾਂ ਮੁਹੰਮਦ ਤੇਰਾ ਨਾਂ ਅਬਦੁੱਲਾ ਰੱਖਣਾ ਮਾਂ ਮੁਹੰਮਦ ਤੇਰਾ ਨਾਂ ਅਬਦੁੱਲਾ ਰੱਖਣਾ ਮੇਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇਸ ਜਵਾਨ ਦਾ ਨਾਂ ਅਬਦੁੱਲਾ ਰੱਖਿਆ ਤੇ ਹੁਣ ਹਾਲਤ ਕੀ ਸੀ ਇੱਕ ਚਾਦਰ ਤੇੜ ਬੰਨੀ ਹੈ ਇੱਕ ਚਾਦਰ ਉੱਤੇ ਲਈਏ ਸਾਰਾ ਕੁਝ ਛੱਡ ਛਡਾ ਕੇ ਯਾਰ ਦੇ ਦੇਸ਼ ਨਬੀ ਪਾਕ ਦੀ ਬਾਰਗਾਹ ਚ ਪਹੁੰਚਿਆ ਇਹ ਕਿਹੜਾ ਹੁਲੀਆ ਲੈ ਕੇ ਨਬੀ ਪਾਕ ਦੀ ਬਾਰਗਾਹ ਵਿੱਚ ਆਇਆ ਇਸ ਹੁਲੀਏ ਦਾ ਰੰਗ ਵੀ ਯਾਰੀ ਪਾਉਂਦੇ ਸੁਲਤਾਨ ਦੱਸਿਆ ਜੁੰਦਿਆ ਫਿਰ ਵਾਂਗ ਫਕੀਰਾਂ ਰਹੀ ਹੂੰ ਜੇ ਕੋਈ ਮਾਰਿਆ ਏ ਵੱਟੇ ਰੋਣੇ ਇਹ ਤੇ ਯਾਰ ਦੀ ਖਾਤਰ ਸਹੀ ਤੇ ਜੀ ਜੀ ਉਸ ਕਾਦਰ ਦੇ ਹੱਥ ਡੋਰ ਸਾਡੀ ਕਾਮਿਲ ਬਾਹੂ ਉਹ ਜਿਵੇਂ ਰੱਖੇ ਉਵੇਂ ਰਹੀ ਇੱਕ ਦਿਨ ਕੁਰਾਨ ਪੜੇ ਮਸਜਿਦ ਨਬਵੀ ਸ਼ਰੀਫ ਵਿੱਚ ਬਹਿ ਕੇ ਉੱਚੀ ਉੱਚੀ ਤੇ ਹਜ਼ਰਤ ਉਮਰ ਪਾਕ ਨਬੀ ਪਾਕ ਦੀ ਬਾਰਗਾਹ ਚ ਸੁਣਿਆ ਉਹ ਜਿਹੜਾ ਦੀਵਾਨਾ ਨਹੀਂ ਉਹ ਉੱਚੀ ਉੱਚੀ ਕੁਰਾਨ ਪੜਦਾ ਹਜ਼ੂਰ ਫਰਮਾਉਂਦੇ ਨੇ ਉਮਰ ਉਹਨੂੰ ਕੁਝ ਵੀ ਨਾ ਆਖੋ ਉਹ ਸਾਰਾ ਕੁਝ ਛੱਡ ਕੇ ਮਾਂ ਮੁਹੰਮਦ ਦੇ ਪਿੱਛੇ ਆਇਆ
ਅਲ ਮੁਖਤਸਰ ਵੇਲਾ ਗੁਜ਼ਰਿਆ ਤੇ ਗਜ਼ਵੇ ਤਬੂਕ ਦਾ ਵਕਤ ਆਇਆ। ਤਬੂਕ ਦਾ ਵੇਲਾ ਤੇ ਨਬੀ ਪਾਕ ਸੱਲਮ ਦੇ ਸਹਾਬਾ ਤਿਆਰੀ ਪੇ ਕਰਦੇ ਨੇ ਤੇ ਇਹ ਅਬਦੁੱਲਾ ਹਜ਼ੂਰ ਦਾ ਗੁਲਾਮ ਨਬੀ ਪਾਕ ਦੀ ਬਾਰਗਾਹ ਵਿੱਚ ਆਇਆ ਤੇ ਆ ਕੇ ਸਰਕਾਰ ਦੇ ਕੋਲ ਬਹਿ ਗਿਆ। ਅਰਦ ਕੀਤੀ ਕਮਲੀ ਵਾਲੇ ਗੱਲਾਂ ਗੱਲਾਂ ਕਰਦੇ ਆ ਨਾ, ਅਰਦ ਕੀਤੀ ਸੋਹਣਿਆ ਜੰਗ ਤੇ ਚੱਲੇ ਆ ਤੇ ਮੇਰਾ ਦਿਲ ਕਰਦਾ ਜੰਗ ਹੋਵੇ ਤੇ ਮੈਨੂੰ ਤੀਰ ਵੱਜੇ ਤੇ ਮੈਂ ਤੁਹਾਡੇ ਨਾਂ ਤੇ ਸ਼ਹੀਦ ਹੋ ਜਾਵਾਂ, ਮੈਂ ਤੁਹਾਡੇ ਨਾਂ ਤੇ ਸ਼ਹੀਦ ਹੋ ਜਾਵਾਂ। ਹੁਣ ਤਵੱਜੋ ਰੱਖਣੀ ਹੈ, ਆਹ ਜੁਮਲੇ ਜਿਹੜੇ ਸਾਰੀ ਹਦੀਸ ਵਿੱਚ ਲੁਤਫ ਵਾਲੇ, ਹਜ਼ਰਤ ਅਬਦੁੱਲਾ ਬਿਨ ਮਸੂਦ ਹਦੀਸ ਪਾਕ ਦੇ ਰਾਵੀ ਨੇ ਨਬੀ ਪਾਕ ਸੱਲਮ ਨੇ ਕਰੀਬ ਬਿਠਾਇਆ। ਹੁਣ ਚਲੋ ਥੋੜ੍ਹਾ ਜਿਹਾ ਨਕਸ਼ਾ ਦੇਣਾ ਚਾਹੁੰਦਾ ਹਜ਼ਰਤ ਸਾਹਿਬ ਤੁਸੀਂ ਫਰਮਾ, ਸਰਕਾਰ ਐਨ ਕਰਕੇ ਨਾ ਕੰਨ ਤੇ ਹੱਥ ਪੇਰਿਆ। ਹਜ਼ੂਰ ਫਰਮਾਉਂਦੇ ਨੇ ਅਬਦੁੱਲਾ ਤੂੰ ਜੰਗ ਤੇ ਵੀ ਜਾਣਾ ਹੈ ਤੇ ਉੱਥੇ ਕੁਫਰ ਤੇ ਇਸਲਾਮ ਦੀ ਜੰਗ ਹੈ, ਤੀਰ ਇੱਧਰੋਂ ਵੀ ਚੱਲਣ ਤੀਰ ਉੱਧਰ ਵੀ ਚੱਲਣ ਤੇ ਮਾਂ ਮੁਹੰਮਦ ਦੁਆ ਕਰਨਾ ਤੂੰ ਸ਼ਹੀਦ ਨਾ ਹੋਵੇਂ, ਤੂੰ ਸ਼ਹੀਦ ਅੱਖਾਂ ਚੁਹੱਤਰੂ ਆਏ ਸੋਹਣਿਆ ਮੈਂ ਦੁਆ ਕਰਾਉਣ ਆਇਆ ਮੈਨੂੰ ਸ਼ਹਾਦਤ ਦੀ ਮੌਤ ਮਿਲੇ, ਤੁਸੀਂ ਫਰਮਾਉਂਦੇ ਹੋ ਤੂੰ ਸ਼ਹੀਦ ਨਾ ਹੋਵੇਂ। ਹਜ਼ੂਰ ਫਰਮਾਉਂਦੇ ਨੇ ਅਬਦੁੱਲਾ ਦਰਜਾ ਸ਼ਹਾਦਤ ਦਾ ਹੀ ਮਿਲੇਗਾ ਪਰ ਤਲਵਾਰ ਨਾਲ ਨਹੀਂ ਬੁਖਾਰ ਨਾਲ, ਦਰਜਾ ਸ਼ਹਾਦਤ ਦਾ ਤਲਵਾਰ ਨਾਲ ਨਹੀਂ ਬੁਖਾਰ ਨਾਲ। ਅਰਦ ਕੀਤੀ ਸੋਹਣਿਆ ਫਿਰ ਹਜ਼ੂਰ ਫਰਮਾਉਂਦੇ ਨੇ ਜਾ ਉਹਨਾਂ ਦਰਖਤ ਨਾ ਉਹਦਾ ਛਿਲਕਾ ਉਤਾਰ ਕੇ ਲਿਆ, ਟਹਿਣੀ ਦਾ ਛਿਲਕਾ ਉਤਾਰ ਕੇ ਲਿਆ, ਸਰਕਾਰ ਨੇ ਬਾਜ਼ੂ ਤੇ ਬੰਨ ਦਿੱਤਾ। ਹਜ਼ੂਰ ਫਰਮਾਉਂਦੇ ਨੇ ਯਾਰ ਨਾ ਮੈਂ ਕਾਫਰਾਂ ਦੀ ਤਲਵਾਰ ਅਬਦੁੱਲਾ ਤੇ ਹਰਾਮ ਕਰਨਾ, ਅਬਦੁੱਲਾ ਦਾ ਖੂਨ ਕਾਫਰਾਂ ਦੀ ਤਲਵਾਰ ਤੇ ਹਰਾਮ ਕਰਨਾ, ਇਹ ਮੇਰਾ ਗੁਲਾਮ ਸ਼ਹੀਦ ਨਾ ਹੋਵੇ। ਅਲ ਮੁਖਤਸਰ ਵੇਲਾ ਗੁਜ਼ਰਿਆ ਨਬੀ ਪਾਕ ਸੱਲਮ ਦੇ ਸਹਾਬਾ ਗਜ਼ਵੇ ਤਬੂਕ ਵੱਲ ਜਾ ਰਹੇ, ਤਬੂਕ ਤੋਂ ਇੱਕ ਦਿਨ ਪਹਿਲੇ ਇਹ ਨਬੀ ਪਾਕ ਦਾ ਯਾਰ ਬਿਮਾਰ ਹੋ ਗਿਆ, ਬੁਖਾਰ ਆ ਗਿਆ, ਸ਼ਦੀਦ ਬੁਖਾਰ ਹੈ। ਸਹਾਬਾ ਸਾਰੇ ਇਕੱਠੇ ਹੋ ਕੇ ਨਾ ਇਸ ਨਬੀ ਪਾਕ ਦੇ ਆਸ਼ਿਕ ਕੋਲ ਆ ਗਏ, ਕਹਿਣ ਲੱਗੇ ਯਾਰ ਤੈਨੂੰ ਤੇ ਬੁਖਾਰ ਬੜਾ ਚੜ ਗਿਆ, ਚੱਲ ਕਿਸੇ ਹਕੀਮ ਕੋ ਲੈ ਜਾਈਏ, ਚੱਲ ਕਿਸੇ ਤਬੀਬ ਕੋ ਲੈ ਜਾਈਏ। ਤੇ ਮੇਰਾ ਵਿਜਦਾ ਹੁਣ ਨਬੀ ਦਾ ਯਾਰ ਕਹਿੰਦਾ ਹੁਣ ਟੂਣੇ ਤੇ ਦਵਾਈਆਂ ਮੇਰੇ ਯਾਰ ਰਹਿਣ ਦੇ, ਆਕਾ ਦੇ ਬਿਮਾਰਾਂ ਨੂੰ ਬਿਮਾਰ ਰਹਿਣ ਦੇ, ਟੂਣੇ ਤੇ ਦਵਾਈਆਂ ਮੇਰੇ ਯਾਰ ਰਹਿਣ ਦੇ, ਆਕਾ ਦੇ ਬਿਮਾਰਾਂ ਨੂੰ ਔਰ ਸੋਹਣਿਆ ਮੈਂ ਮੰਗਦਾ ਨਹੀਂ ਤਾਜਦਾਰੀਆਂ, ਸੋਹਣਿਆ ਆਪਣੇ ਗਲੀ ਦਾ ਚੌਕੀਦਾਰ ਰਹਿਣ ਦੇ, ਆਪਣੀ ਗਲੀ ਦਾ ਚੌਕੀਦਾਰ ਰਹਿਣ ਦੇ, ਆਕਾ ਦੇ ਬਿਮਾਰਾਂ ਨੂੰ। ਅਲ ਮੁਖਤਸਰ ਨਬੀ ਪਾਕ ਸੱਲਮ ਦਾ ਇਹ ਦੀਵਾਨਾ ਬੁਖਾਰ ਦੀ ਹਾਲਤ ਵਿੱਚ ਫੋਤ ਹੋ ਗਿਆ, ਰੂਹ ਨਿਕਲ ਗਈ। ਨਬੀ ਪਾਕ ਸੱਲਮ ਨੇ ਸਹਾਬਾ ਨੂੰ ਫਰਮਾਇਆ ਸਹਾਬਾ ਚਲੋ ਮੇਰੇ ਆਸ਼ਕ ਦੀ ਕਬਰ ਬਣਾ ਕੇ ਆਈਏ। ਕਬਰ ਬਣਾਉਣ ਸਹਾਬਾ ਆਏ ਨਾ ਤੇ ਨਬੀ ਪਾਕ ਕੁੰਧਾਰਾ ਲੈ ਕੇ ਸਰਕਾਰ ਕਬਰ ਦੇ ਅੰਦਰ ਉਤਰੇ, ਨਬੀ ਪਾਕ ਨਾ ਕਬਰ ਆਪ ਬਣਾ ਰਹੇ, ਇਸ ਆਸ਼ਿਕ ਦੀ ਕਬਰ ਵੀ ਕਮਲੀ ਵਾਲੇ ਬਣਾ ਰਹੇ। ਸਾਰੇ ਸਹਾਬਾ ਵੇਖ ਕੇ ਕਹਿੰਦੇ ਨੇ ਕਾਸ਼ ਅਬਦੁੱਲਾ ਤੇਰੀ ਜਗ੍ਹਾ ਤੇ ਅਸੀਂ ਮਰ ਜਾਈਏ, ਅੱਜ ਕਮਲੀ ਵਾਲੇ ਤੇਰੀ ਕਬਰ ਬਣਾ ਰਹੇ। ਜਦੋਂ ਕਬਰ ਬਣਾ ਦਿੱਤੀ ਜਨਾਜ਼ਾ ਪੜਿਆ, ਨਬੀ ਪਾਕ ਲਹਦ ਮੁਬਾਰਕ ਚ ਆਪ ਉਤਰੇ ਤੇ ਹੁਣ ਪਤਾ ਸਰਕਾਰ ਦੇ ਜੁਮਲੇ ਕੀ ਨੇ, ਅੱਜ ਸਰਕਾਰ ਕਬਰ ਚੋਂ ਬਾਹਰ ਨਹੀਂ ਆਏ, ਕਬਰ ਦੇ ਵਿੱਚ ਖਲੋ ਕੇ ਹਜ਼ੂਰ ਫਰਮਾਉਂਦੇ ਨੇ ਲਿਆਓ ਵੀ ਮੇਰਾ ਆਸ਼ਿਕ ਮੈਨੂੰ ਦਿਓ, ਹੱਥੀ ਕਬਰ ਵਿੱਚ ਰੱਖਾਂ, ਮੇਰਾ ਦੀਵਾਨਾ ਮੈਨੂੰ ਦਿਓ, ਮੈਂ ਹੱਥੀ ਕਬਰ ਚ ਉਤਾਰਾਂ। ਕੌਣ ਹੈ ਦੀਵਾਨੀ ਹੱਥੀ ਕਬਰ ਚ ਉਤਾਰ ਰਹੇ ਤੇ ਮੇਰਾ ਵਿਦਾਨ ਹਜ਼ਰਤ ਅਬਦੁੱਲਾ ਦੀ ਰੂਹ ਕਹਿੰਦੀ ਹੋਣੀ ਹੈ ਯੇ ਆਰਜ਼ੂ ਨਹੀਂ ਕੇ ਦੁਆਏ ਹਜ਼ਾਰ ਦੋ, ਯੇ ਆਰਜ਼ੂ ਨਹੀਂ ਕੇ
نبی کی نعت لحد میں اتار دو، پڑھ کر نبی کی نعت لحد میں اتار دو، میرے آقا اپنے دیوانے نو ہتھی قبر دے بیچی اتار رہے تے نانے میرے نبی آسمان ول ویکھ کے عرض کیتی یا اللہ میں عبداللہ تیرا دیاں تو وی راضی ہو جا، یا اللہ میں عبداللہ تیرا دیاں تو وی راضی ہو جا، نکیا یوں دیا اے دا باپ دنیا تو چلا گیا، اے دی ماں نے بڑے ناداں دے نال پالیا، اے دے چاچے نے ماں محمد دے عشق پیچھے بکریاں بھی کھولیاں، اے دیاں گاواں بھی کھولیاں، کاروبار گھر بھی کھولیا، اے دے پر میرا دیوانہ ماں محمد دا عشق لے کے مدینے آ گیا، یا اللہ میں یہ دے تیرا دیا تو بھی راضی ہو جا، حضرت عبداللہ بن مسعود دیا اکھا چے اتھرو آ گئے، صحابہ پوچھیا عبداللہ دس کیوں روئے، اکھا چے اتھرو آ گئے تے رو کے کہندے نے پیر بھائیو اج اینو ویکھ کے دل کردا اے اے بکریاں والا نہ مردا اے اج میں مر جاندا، سرکار ہتھی قبر دے بیچی اتار دے تے نالے مصطفیٰ کہندے اللہ میں اے دے تے راضی ہاں تو بھی راضی ہو جا، میرا عشق کہندا اے جیدے تے کملی والا راضی ہو جائے رب راضی ہو جاندا، ਉਹਦੇ ਤੇ ਰੱਬ ਰਾਦੀ ਹੋ ਜਾਂਦਾ ਹੈ। ਅਦੀਦਾਂ ਨੇ ਗ੍ਰਾਮੀ ਕਦਰ ਇਹ ਵੇਖ, ਬਚਪਨ ਚ ਬਾਪ ਖੋਦ, ਚਾਚੇ ਸਾਰਾ ਕੁਝ ਖੋਲਿਆ ਪਰ ਹਜ਼ੂਰ ਦਾ ਦਾਮਨ, ਮਾਲ ਛੱਡਿਆ ਪਰ ਸਰਕਾਰ ਦਾ ਦਾਮਨ, ਬੱਕਰੀਆਂ ਛੱਡੀਆਂ ਹਜ਼ੂਰ ਦਾ ਦਾਮਨ, ਘਰ ਛੱਡਿਆ ਹਜ਼ੂਰ ਦਾ ਦਾਮਨ, ਆਖਿਰ ਤੇ ਸਿਰਫ ਨਿੱਕਾ ਜਿਹਾ ਮੈਸੇਜ ਹੈ ਬੜਾ ਕੌੜਾ, ਗੁਲਾਮੀ ਦੇ ਨਾਰੇ ਅਸਾਂ ਵੀ ਮਾਰੇ ਨੇ ਪਰ ਗੌਰ ਮਿੰਟੀ ਨੌਕਰੀ ਨਹੀਂ ਜਾਣੀ ਚਾਹੀਦੀ, ਦਾੜੀ ਜਾਂਦੀ ਹੈ ਜਾਏ, ਸਮਝ ਆ ਰਹੀ ਕੋਈ ਨਾ, ਕਈ ਬੰਦੇ ਦਾੜੀ ਤਾਂ ਕਟਾਉਂਦੇ ਨੇ ਭਾਈਆ ਦਫ਼ਤਰੋਂ ਤਨਖਾਹ ਥੋੜ੍ਹੀ ਮਿਲਦੀ ਹੈ ਦਾੜੀ ਦੀ ਵਜ੍ਹਾ ਤੋਂ, ਅਤੇ ਸਾਰੇ ਮਹੱਲੇ ਦਾ ਆਸ਼ਕ ਰਸੂਲ ਵੀ ਉਹੀ ਹੁੰਦਾ, ਉਹ ਮੈਂ ਕਿਹਾ ਭਾਈਆ ਸੁਣ ਗੱਲ, ਇਹ ਚੀਜ਼ਾਂ ਤੋਂ ਦੂਰ ਨਾ ਜਾ, ਨਬੀ ਪਾਕ ਦੀ ਗੁਲਾਮੀ, ਹਜ਼ੂਰ ਦੀ ਗੁਲਾਮੀ ਦਾ ਪੱਟਾ ਗਲੇ 'ਚ ਰੱਖ, ਇਹ ਦਾੜੀ ਨਬੀ ਪਾਕ ਦੀ ਸੁਨਤ ਏ, ਮਾਲ ਦੁਨੀਆਂ 'ਤੇ ਰਹਿ ਜਾਏਗਾ ਪਰ ਇਹ ਚਿਹਰਾ ਸੋਹਣਾ ਲੈ ਕੇ ਜਾਏਗਾ ਅਤੇ ਕੋਈ ਵੇਖਣ ਵਾਲਾ ਆਖਰੀ ਵੇਲੇ ਆਖੇਗਾ ਆਸ਼ਿਕ ਕਾ ਜਨਾਦਾ ਹੈ, ਜ਼ਰਾ ਧੂਮ ਸੇ ਨਿਕਲੇ ਮਹਬੂਬ ਕੀ ਗਲੀਓ ਸੇ ਜ਼ਰਾ ਘੂਮ ਕੇ ਨਿਕਲੇ, ਹਜ਼ੂਰ ਦੇ ਗੁਲਾਮ ਬਣੋ, ਸਰਕਾਰ ਦੇ ਦੀਵਾਨੇ ਬਣੋ। ਇਹ ਵਕਤ ਚੁੱਕੇ ਬਿਲਕੁਲ ਅਫਤਾਰੀ ਦਾ, ਲਓ ਜੀ ਹੁਣ ਇੱਕ ਸ਼ੇਰ ਹਜ਼ਰਤ ਸਖੀ ਸੁਲਤਾਨ ਬਾਹੂ ਰਹਿਮਤੁੱਲਾ ਅਲੇ ਆਪ ਦਾ ਅਲੀ ਹਸਨੈਨ ਗਰਦੇਜ਼ੀ ਸਾਹਿਬ ਨੇ ਪੜ੍ਹਨਾ, ਚਲੋ ਜੀ ਇਹ ਮੈਂ ਇੱਕ ਰਿਵਾਇਤ ਪੜ੍ਹਦੇ ਹਾਂ ਬਈ, ਹਜ਼ਰਤ ਮੌਲਾ ਹਸਨ ਪਾਕ ਰਜ਼ੀ ਅੱਲਾਹੁ ਤਾਲਾ ਨੂੰ, ਇਹ ਨਬੀ ਪਾਕ ਅਲੈਹਿ ਸਲਾਮ ਦਾ ਉਹ ਸ਼ਹਿਜ਼ਾਦਾ ਹੈ, ਆ ਚੁੱਕੇ 15 ਰਮਜ਼ਾਨ ਹੈ, ਅੱਜ ਦੇ ਦਿਨ ਵਿਲਾਦਤ ਹਜ਼ਰਤ ਇਮਾਮੇ ਹਸਨ ਪਾਕ ਦੀ, ਇਹ ਵਿਲਾਦਤ ਦਾ ਦਿਨ ਹਜ਼ਰਤ ਇਮਾਮੇ ਹਸਨ ਪਾਕ ਦਾ, ਅਤੇ ਹਸਨ ਪਾਕ ਦਾ ਪਿਆਰ ਵੀ ਨਬੀ ਪਾਕ ਦਾ ਵੱਖਰਾ ਹੀ ਹੈ, ਹਜ਼ੂਰ ਫਰਮਾਉਂਦੇ ਨੇ ਇਹ ਮੇਰਾ ਬੇਟਾ ਸਰਦਾਰ ਹੈ, ਇਹ ਦੋ ਗਰੋਹਾਂ 'ਚ ਸੁਲ੍ਹਾ ਕਰਾਏਗਾ, ਉਹ ਜਿਹਨੂੰ ਨਬੀ ਪਾਕ ਸਰਦਾਰੀ ਦੇਣ ਉਹਦੀ ਸਰਦਾਰੀ ਦਾ ਕੀ ਹਾਲ ਹੋਵੇਗਾ, ਅਤੇ ਫਿਰ ਸਰਕਾਰ ਕਿਹਦੇ ਨਾਲ ਕਿਹਨੇ ਮੁਹੱਬਤ ਕਰ ਦੇਣ। ਬਸ ਮੈਂ ਇੱਕ ਮਿੰਟ 'ਚ ਰਿਵਾਇਤ ਬਿਆਨ ਕਰਨਾ ਚਾਹੁੰਦਾ, ਕੌਣ ਹੈ ਦੀਵਾਲੀ ਦੇ ਗੁਲਾਮੋ, ਨਬੀ ਪਾਕ ਇਮਾਮੇ ਹਸਨ ਨੂੰ ਮੋਢਿਆਂ 'ਤੇ ਚੁੱਕਿਆ, ਆਪਣੇ ਕੰਧਿਆਂ 'ਤੇ ਚੁੱਕ ਕੇ ਸਰਕਾਰ ਮਦੀਨੇ ਦੀ ਗਲੀ 'ਚ ਜਾ ਰਹੇ, ਸਹਾਬਾ ਵੇਖਿਆ ਵੇਖ ਕੇ ਰਾਜ਼ੀ ਹੋ ਗਏ,
ਮੋਢਿਆਂ ਤੇ ਇਮਾਮੇ ਹਸਨ ਬੈਠੇ ਨੇ, ਮੇਰੇ ਨਬੀ ਨੇ ਚੁੱਕਿਆ ਹੈ ਗਲੀ ਮਦੀਨੇ ਦੀ, ਮਦੀਨੇ ਵਾਲਾ ਇਮਾਮ ਆਪਣੇ ਦੋਤਰੇ ਨੂੰ ਚੁੱਕ ਕੇ ਜਾ ਰਿਹਾ। ਸਹਾਬਾ ਵੇਖ ਕੇ ਕਹਿੰਦੇ ਨੇ ਵਾਹ 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 ਵਾਹ, ਸਵਾਰੀ ਕਿੱਡੀ ਸੋਹਣੀ ਹੈ। ਨਬੀ ਕਰੀਮ ਨੇੜੇ ਆ ਕੇ ਫਰਮਾਇਆ ਸਵਾਰੀ ਤੇ ਨਾਦ ਕਰਨ ਵਾਲੇ ਹੋ, ਇਹ ਤੇ ਵੇਖਿਆ ਜੇ ਸਵਾਰੀ ਕਿੱਡੀ ਸੋਹਣੀ ਹੈ, ਜ਼ਰਾ ਮੋਢਿਆਂ ਵੱਲੇ ਵੇਖੋ ਸਵਾਰ ਕਿੱਡਾ ਸੋਹਣਾ। ਸਵਾਰੀ ਸੋਹਣੀ ਹੈ, ਸਵਾਰ ਵੀ ਸੋਹਣਾ। ਵਾਹ ਨਵਾਸਿਓ ਸ਼ਹਿਜ਼ਾਦਿਓ, ਤੁਹਾਡੀ ਅਦਮਤ ਤੋਂ ਸਦਕੇ ਮੁਸਤਫਾ ਦੇ ਕੰਧਿਆਂ ਦੀ ਸਵਾਰੀ ਕਰਨ ਵਾਲੇ, ਸਦਾ ਵਸਦਾ ਰਵੇ ਤੇਰਾ ਦੁਬਾਰਾ ਯਾ ਰਸੂਲ ਅੱਲਾ। ਜਿੱਥੇ ਹੁੰਦਾ ਗਰੀਬਾਂ ਦਾ ਗੁਜ਼ਾਰਾ ਯਾ ਰਸੂਲ ਅੱਲਾ, ਕਿਸੇ ਨੂੰ ਮਾਣ ਦੌਲਤ ਤੇ ਕਿਸੇ ਨੂੰ ਹੈ ਇਬਾਦਤ ਤੇ, ਸੁਨੀਆਂ ਨੂੰ ਸਿਰਫ ਤੇਰਾ ਸਹਾਰਾ ਯਾ ਰਸੂਲ ਅੱਲਾ। ਮਮਾ ਤੋਫੀਕੀ ਇਲਾ ਬਿੱਲਾ ਜਿੱਥੋਂ ਮੇਰੇ ਭਾਈ ਨੇ ਤਕਰੀਰ ਛੱਡੀ ਹੈ ਇਮਾਮੇ ਹਸਨ ਪਾਕ ਦੀ, ਮੈਂ ਵੀ ਇੱਕ ਗੱਲ ਕਰਾਂਗਾ। ਹਜ਼ਰਤ ਇਮਾਮੇ ਹਸਨ ਮੁਸ਼ਤਬਾ ਰਜ਼ੀ ਅੱਲਾਹੁ ਤਾਲਾ ਨੂੰ, ਕੌਣ ਇਮਾਮੇ ਹਸਨ ਮੁਸ਼ਤਬਾ? ਅਗਰ ਜੁਮਲੇ ਦਾ ਸਵਾਦ ਲਵੋ ਤਾਂ ਜੁਮਲਾ ਬੜਾ ਮਜ਼ੇਦਾਰ ਹੈ। ਹੁਸੈਨ ਦੇ ਪੀਰ ਦਾ ਨਾਂ ਹਸਨ ਹੈ, ਹੁਸੈਨ ਦੇ ਪੀਰ ਦਾ ਨਾਂ ਹਸਨ ਹੈ। ਹਸਨ ਬਾਦਸ਼ਾਹ ਦੇ ਕੋਲ ਇੱਕ ਬੰਦਾ ਆਇਆ ਤੇ ਕਹਿਣ ਲੱਗਾ, ਹਜ਼ੂਰ ਮੈਂ ਬੜਾ ਮਾੜਾ ਗਰੀਬ ਹਾਂ। ਆਕਾ ਹਸਨ ਪਾਕ ਨੇ ਫਰਮਾਇਆ, ਠੀਕ ਪਤੇ ਤੇ ਆ ਗਿਆ, ਠੀਕ ਜਗ੍ਹਾ ਤੇ ਆਇਆ, ਕਿੰਨਾ ਕੁ ਤੇਰੇ ਤੇ ਕਰਜ਼ਾ? ਕਹਿਣ ਲੱਗਾ, ਹਜ਼ੂਰ ਅਗਰ ਮੈਂ ਦੱਸਿਆ ਤੇ ਕੀ ਦੱਸਿਆ? ਇਮਾਮੇ ਹਸਨ ਪਾਕ ਨੇ ਫਰਮਾਇਆ, ਸਾਡਾ ਬੂਹਾ ਉਹ ਹੈ ਜਿੱਥੇ ਨਾ ਦੱਸਣ ਦੀ ਲੋੜ ਪੈਂਦੀ ਹੈ ਤੇ ਨਾ ਮੰਗਣ ਦੀ ਲੋੜ ਪੈਂਦੀ ਹੈ। ਤੇ ਉਹ ਬੰਦਾ ਇਮਾਮੇ ਹਸਨ ਮੁਸ਼ਤਬਾ ਦੇ ਚਿਹਰੇ ਵਾਲੇ ਵੇਖੀ ਜਾਂਦਾ ਟਿਕ ਟਿਕੀ ਲਾ ਕੇ, ਮੇਰੇ ਨਬੀ ਕਰੀਮ ਅਲੈ ਸਲਾਤੂ ਸਲਾਮ ਦੇ ਦੀਵਾਨੇ ਹੋ, ਅਲੀ ਦਾ ਲਾਲ ਬੋਲਿਆ ਏ, ਅਵਾਣਾ ਦਾ ਪੁੱਤਰ ਬੋਲਿਆ, ਜੰਗ ਦਾ ਤਾਜਦਾਰ ਬੋਲਿਆ, ਸ਼ੋਰ ਕੋਟ ਦੇ ਟਿੱਬਿਆਂ ਤੇ ਰਹਿਣ ਵਾਲਾ ਬਾਬਾ ਬੋਲਿਆ ਏ, ਹਜ਼ਰਤ ਸਖੀ ਸੁਲਤਾਨ ਬਾਹੂ ਰਹਿਮਤੁੱਲਾ ਤਾਲਾ ਲੈ ਆ ਫਰਮਾਉਂਦੇ ਨੇ, ਏ ਤਨ ਮੇਰਾ ਲੱਖ ਲੱਖ ਚਸ਼ਮਾ, ਇੱਕ ਖੋਲਾ ਇੱਕ ਕਹਿਜਾ, ਉਹ ਇਤਨਾ ਡਿੱਠਿਆ ਮੈਨੂੰ ਸਬਰ ਨਾ ਆਵੇ, ਹੋਰ ਕਿਦੇ ਵਾਲੇ ਫੈ ਜਾ ਉਹ ਮੁਰਸ਼ਿਦ ਦਾ
ਦੀਦਾਰ ਹੈ ਵਾਹ ਮੈਨੂੰ ਲੱਖ ਕਰੋੜਾ ਜਾ ਇਮਾਮੀ ਹਸਨ ਮੁਸਤਫਾ ਰਜ਼ੀ ਅੱਲਾਹ ਤਾਲਾ ਆਪਨੇ ਫਰਮਾਇਆ ਬਹਿ ਜਾ ਬੰਦਾ ਬਹਿ ਗਿਆ ਆਪਨੇ ਫਰਮਾਇਆ ਇਹ ਵੀ ਲੈ ਜਾ ਇਹ ਵੀ ਲੈ ਜਾ ਇਹ ਵੀ ਲੈ ਜਾ ਇਹ ਬੱਕਰੀਆਂ ਵੀ ਤੇਰੀਆਂ ਨੇ ਉਹ ਬੰਦਾ ਨੇ ਹੈਰਾਨ ਹੋ ਗਿਆ ਕਹਿਣ ਲੱਗਾ ਹਜ਼ੂਰ ਮੈਂ ਕਰਜ਼ਾ ਲਾਣ ਆਇਆ ਕਰਜ਼ਾ ਚੜ੍ਹਾਉਣ ਨਹੀਂ ਆਇਆ ਮੇਰੇ ਆਕਾ ਇਮਾਮੇ ਹਸਨੇ ਮੁਸਤਫਾ ਰਜ਼ੀ ਅੱਲਾਹ ਤਾਲਾ ਨੂੰ ਆਪਨੇ ਫਰਮਾਇਆ ਸੰਗੀਓ ਸਾਡੇ ਘਰ ਦੀ ਰੀਤ ਅਸੀਂ ਜੋ ਇੱਕ ਵਾਰੀ ਦੇ ਦਈਏ ਦੇ ਦਿੰਦੇ ਆ ਅਰਜ ਕਰਦਾ ਹਜ਼ੂਰ ਮੇਰੇ ਕੋਲ ਲੈ ਜਾਇਆ ਨਹੀਂ ਜਾਣਾ ਏ ਜਾਇਆ ਨਹੀਂ ਜਾਣਾ ਏ ਮੇਰੇ ਆਕਾ ਇਮਾਮੇ ਹਸਨੇ ਮੁਸਤਫਾ ਰਜ਼ੀ ਅੱਲਾਹ ਤਾਲਾ ਨੂੰ ਆਪ ਨੇ ਫਰਮਾਇਆ ਓਏ ਖੌਰ ਨਾਲ ਬਹਿ ਜਾ ਪਰੇਸ਼ਾਨ ਨਾ ਹੋ ਗੁਲਾਮਾਂ ਨੂੰ ਸੱਦਿਆ ਫਰਮਾਇਆ ਗੁਲਾਮੋ ਇਹਦੇ ਨਾਲ ਜਾਣਾ ਏ ਇਹਦੇ ਕੋਲ ਮਜ਼ਦੂਰੀ ਨਹੀਂ ਲੈਣੀ ਏ ਮਜ਼ਦੂਰੀ ਵੀ ਅਲੀ ਦਾ ਨਾਲ ਦੇਵੇਗਾ